ਦੇ ਦੱਖਣੀ ਭਾਗ ਵਿੱਚ ਵਸਿਆ ਅਤੇ ਰਾਜ ਦੇ 23 ਜ਼ਿਲ੍ਹਿਆਂ ਵਿੱਚੋਂ ਇੱਕ ਅਤੇ ਪੀਵੀ 31 ਵਾਹਨਾਂ ਨਾਲ ਰਜਿਸਟਰਡ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਸ਼ਹਿਰ ਮਾਨਸਾ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ 'ਤੇ। ਦੋਸਤੋ, ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਾਲਵਾ ਖਿੱਤੇ ਦੇ ਜ਼ਿਲ੍ਹੇ ਮਾਨਸਾ ਦੀ। ਮਾਨਸਾ ਸ਼ਹਿਰ ਦੀ ਯਾਤਰਾ ਸ਼ੁਰੂ ਕਰਦੇ ਹਾਂ ਸ਼ਹਿਰ ਦੇ ਉੱਤਰੀ ਪਾਸੇ ਵੱਲ ਸਥਿਤ ਮਾਨਸਾ ਕੈਂਚੀਆਂ ਚੌਂਕ ਤੋਂ। ਇਸ ਪ੍ਰਸਿੱਧ ਚੌਂਕ ਤੋਂ ਉੱਤਰ ਵਾਲੀ ਸੜਕ ਬਰਨਾਲੇ ਨੂੰ, ਪੂਰਬ ਵਾਲੀ ਸੜਕ ਪਟਿਆਲੇ ਵੱਲ, ਪੱਛਮ ਵਾਲੀ ਸੜਕ ਬਠਿੰਡੇ ਨੂੰ ਅਤੇ ਦੱਖਣ ਨੂੰ ਸਿਰਸਾ ਰੋਡ ਮਾਨਸਾ ਸ਼ਹਿਰ ਵੱਲ ਪ੍ਰਵੇਸ਼ ਕਰਦਾ ਹੈ। ਮਾਨਸਾ ਸ਼ਹਿਰ ਵਿੱਚ ਵਰਤਮਾਨ ਸਮੇਂ ਦੇ ਵਿੱਚ ਲਗਭਗ 1 ਲੱਖ ਦੀ ਜਨਸੰਖਿਆ ਨਿਵਾਸ ਕਰ ਰਹੀ ਹੈ। ਮਾਨਸਾ ਜਨਸੰਖਿਆ ਦੇ ਹਿਸਾਬ ਨਾਲ ਪੰਜਾਬ ਦਾ 28ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਮਾਨਸਾ ਪੰਜਾਬ ਦੇ ਉਹਨਾਂ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ ਜਿੱਥੇ 1 ਲੱਖ ਜਾਂ 1 ਲੱਖ ਤੋਂ ਵੱਧ ਜਨਸੰਖਿਆ ਨਿਵਾਸ ਕਰਦੀ ਹੈ। ਮਾਨਸਾ ਸ਼ਹਿਰ ਮਾਨਸਾ ਜ਼ਿਲ੍ਹੇ ਦਾ ਮੁਖਿਆਲਾ ਹੈ ਅਤੇ ਫਰੀਦਕੋਟ ਮੰਡਲ ਦੇ ਅਧੀਨ ਆਉਂਦਾ ਹੈ। ਸਿਰਸਾ ਮਾਰਗ ਸ਼ਹਿਰ ਦੇ ਪੱਛਮ ਵਾਲੀ ਸਾਈਡ ਹੁੰਦੇ ਹੋਏ ਗ੍ਰੈਂਡ ਮੌਲ, ਨਹਿਰੂ ਮੈਮੋਰੀਅਲ ਗੌਰਮੈਂਟ ਕਾਲਜ ਆਦਿ ਤੋਂ ਹੁੰਦੇ ਹੋਏ ਟੀ ਪੁਆਇੰਟ ਰੇਲਵੇ ਓਵਰਬ੍ਰਿਜ ਹੁੰਦੇ ਹੋਏ ਬਾਹਰਲੀ ਅਨਾਜ ਮੰਡੀ ਖੋਲ੍ਹਦੀ ਹੁੰਦਾ ਹੋਇਆ ਸਿਰਸਾ ਵਾਲੀ ਸਾਈਡ ਲੰਘ ਜਾਂਦਾ ਹੈ। ਟੀ ਪੁਆਇੰਟ ਪ੍ਰਸਿੱਧ ਚੌਂਕ ਦੇ ਪੂਰਬ ਵੱਲ ਲਿੰਕ ਰੋਡ ਦੇ ਰੂਪ ਵਿੱਚ ਇੱਕ ਮੁੱਖ ਸੜਕ ਮਾਨਸਾ ਸ਼ਹਿਰ ਵੱਲ ਨੂੰ ਜਾਂਦੀ ਹੈ। ਮਾਨਸਾ 1754 ਈਸਵੀ ਨੂੰ ਪਟਿਆਲਾ ਰਿਆਸਤ ਦੇ ਅਧੀਨ ਆਇਆ ਅਤੇ ਦੇਸ਼ ਦੇ ਆਜ਼ਾਦ ਹੋਣ ਤੱਕ ਇਹ ਪਟਿਆਲਾ ਰਿਆਸਤ ਦੇ ਅਧੀਨ ਹੀ ਰਿਹਾ। ਆਜ਼ਾਦੀ ਤੋਂ ਬਾਅਦ ਪੈਪਸੂ ਰਾਜ ਦਾ ਗਠਨ ਹੋਇਆ ਅਤੇ ਮਾਨਸਾ ਨੂੰ ਬਠਿੰਡੇ ਜ਼ਿਲ੍ਹੇ ਦੀ ਇੱਕ ਤਹਿਸੀਲ ਦੇ ਰੂਪ ਵਿੱਚ ਪਹਿਚਾਣ ਮਿਲੀ। 1956 ਵਿੱਚ ਪੈਪਸੂ ਨੂੰ ਪੰਜਾਬ ਰਾਜ ਨਾਲ ਜੋੜ ਦਿੱਤਾ ਗਿਆ ਅਤੇ ਮਾਨਸਾ ਭਾਰਤੀ ਪੰਜਾਬ ਰਾਜ ਦਾ ਹਿੱਸਾ ਬਣ ਗਿਆ। ਲਿੰਕ ਰੋਡ ਪੂਰਬ ਦਿਸ਼ਾ ਨੂੰ ਜਾਂਦੇ ਹੋਏ ਠੀਕਰੀ ਵਾਲਾ ਚੌਂਕ 'ਤੇ ਪਹੁੰਚਦਾ ਹੈ। ਇਹ ਚੌਂਕ ਮਾਨਸਾ ਜ਼ਿਲ੍ਹੇ ਦਾ ਕਾਫੀ ਪ੍ਰਸਿੱਧ ਚੁਰਾਹਾ ਹੈ। ਇਸੇ ਚੁਰਾਹੇ ਦੇ ਕੋਲ ਮਾਨਸਾ ਦਾ ਰੋਡਵੇਜ਼ ਬੱਸ ਅੱਡਾ ਸਥਿਤ ਹੈ। ਇਸ ਬੱਸ ਅੱਡੇ ਤੋਂ ਪੰਜਾਬ ਦੇ ਬਠਿੰਡਾ, ਫਰੀਦਕੋਟ, ਮੁਕਤਸਰ, ਅੰਮ੍ਰਿਤਸਰ, ਬਰਨਾਲਾ, ਪਟਿਆਲਾ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਇਲਾਵਾ ਹਰਿਆਣੇ ਦੇ ਸਿਰਸਾ, ਹਿਸਾਰ ਲਈ ਬੱਸਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਠੀਕਰੀ ਵਾਲਾ ਚੌਂਕ ਤੋਂ ਉੱਤਰ ਪੂਰਬ ਵੱਲ ਨਿਊ ਕੋਟ ਰੋਡ, ਦੱਖਣ ਅਤੇ ਪੱਛਮ ਵੱਲ ਵਨਵੇ ਰੋਡ ਅਤੇ ਦੱਖਣ ਵੱਲ ਸਿਨੇਮਾ ਰੋਡ ਸ਼ੁਰੂ ਹੁੰਦਾ ਹੈ। ਸਿਨੇਮਾ ਰੋਡ ਨੂੰ ਮੁੱਖ ਰੂਪ ਵਿੱਚ ਵਪਾਰਕ ਗਤੀਵਿਧੀਆਂ ਵਾਲਾ ਰੋਡ ਮੰਨਿਆ ਜਾਂਦਾ ਹੈ। ਮਾਨਸਾ ਨੂੰ 1992 ਤੱਕ ਬਠਿੰਡੇ ਜ਼ਿਲ੍ਹੇ ਦੀ ਇੱਕ ਤਹਿਸੀਲ ਦੇ ਰੂਪ ਵਿੱਚ ਹੀ ਜਾਣਿਆ ਜਾਂਦਾ ਸੀ, ਪਰ 13 ਅਪ੍ਰੈਲ 1992 ਵਿੱਚ ਰਾਜ ਸਰਕਾਰ ਦੁਆਰਾ ਬਠਿੰਡੇ ਜ਼ਿਲ੍ਹੇ ਦੇ ਦੱਖਣੀ ਭਾਗ ਨੂੰ ਅਲੱਗ ਕਰਕੇ ਮਾਨਸਾ ਜ਼ਿਲ੍ਹੇ ਦੀ ਸਥਾਪਨਾ ਕੀਤੀ ਗਈ। ਵਰਤਮਾਨ ਸਮੇਂ ਵਿੱਚ ਮਾਨਸਾ ਜ਼ਿਲ੍ਹਾ 3 ਤਹਿਸੀਲਾਂ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਵੰਡਿਆ ਹੋਇਆ ਹੈ। ਸਿਨੇਮਾ ਰੋਡ ਰੇਲਵੇ ਲਾਈਨ ਨੂੰ ਪਾਰ ਕਰਕੇ ਮਾਨਸਾ ਸਦਰ ਖੇਤਰ ਵਿੱਚ ਗਊਸ਼ਾਲਾ ਮਾਰਗ ਨਾਲ ਜੁੜ ਜਾਂਦਾ ਹੈ। ਗਊਸ਼ਾਲਾ ਮਾਰਗ ਪੱਛਮ ਤੋਂ ਪੂਰਬ ਦੇ ਵੱਲ ਅਤੇ ਰੇਲਵੇ ਸਟੇਸ਼ਨ ਵੱਲ ਨੂੰ ਵੱਧਦੀ ਹੈ। ਇਸ ਰੋਡ 'ਤੇ ਮਾਨਸਾ ਸ਼ਹਿਰ ਦੀ ਕੁਤਵਾਲੀ ਸਥਿਤ ਹੈ। ਗਊਸ਼ਾਲਾ ਮਾਰਗ ਸ਼ਹਿਰ ਦੇ ਆਧੁਨਿਕ ਬਾਜ਼ਾਰਾਂ ਵਿੱਚੋਂ ਇੱਕ ਹੈ। ਇੱਥੇ ਕਈ ਬ੍ਰਾਂਡਡ ਕੰਪਨੀਆਂ ਦੇ ਸ਼ੋਅਰੂਮ ਸਥਿਤ ਹਨ। ਪੂਰਬ ਦੇ ਵੱਲ ਵੱਧਦੇ ਹੋਏ ਗਊਸ਼ਾਲਾ ਮਾਰਗ ਦੇ ਉੱਤਰ ਵਿੱਚ ਮਾਨਸਾ ਸ਼ਹਿਰ ਦਾ ਰੇਲਵੇ ਸਟੇਸ਼ਨ ਸਥਿਤ ਹੈ। ਇਹ ਰੇਲਵੇ ਸਟੇਸ਼ਨ ਬਠਿੰਡਾ, ਜੀਂਦ, ਦਿੱਲੀ ਰੇਲ ਮਾਰਗ 'ਤੇ ਸਥਿਤ ਹੈ। ਇਸ ਰੇਲਵੇ ਸਟੇਸ਼ਨ ਤੋਂ ਦਿੱਲੀ, ਮੁੰਬਈ, ਗੰਗਾਨਗਰ, ਬਠਿੰਡਾ, ਫਿਰੋਜ਼ਪੁਰ, ਰੋਹਤਕ, ਆਗਰਾ, ਮਥੁਰਾ ਆਦਿ ਦੇਸ਼ ਦੇ ਵੱਡੇ ਸ਼ਹਿਰਾਂ ਲਈ ਟ੍ਰੇਨਾਂ ਆਰਾਮ ਨਾਲ ਮਿਲ ਜਾਂਦੀਆਂ ਹਨ। ਜ਼ਿਲ੍ਹਾ ਬਣਨ ਤੋਂ ਬਾਅਦ ਮਾਨਸਾ ਸ਼ਹਿਰ ਤੇਜ਼ੀ ਨਾਲ ਵਪਾਰਕ ਕੇਂਦਰ ਦੇ ਰੂਪ ਵਿੱਚ ਉਭਰਿਆ ਹੈ। ਮਾਨਸਾ ਸ਼ਹਿਰ ਨੂੰ ਕੁੱਲ 3 ਥਾਣਾ ਕੋਤਵਾਲੀ ਖੇਤਰ, ਮਾਨਸਾ ਸ਼ਹਿਰ 1, ਮਾਨਸਾ ਸ਼ਹਿਰ 2 ਅਤੇ ਥਾਣਾ ਸਦਰ ਮਾਨਸਾ ਵਿੱਚ ਵੰਡਿਆ ਗਿਆ ਹੈ। ਠੀਕਰੀ ਵਾਲਾ ਚੌਂਕ ਤੋਂ ਨਿਊ ਕੋਟ ਰੋਡ ਜਾਣ ਵਾਲੀ ਸੜਕ ਸ਼ਹਿਰ ਦੀਆਂ ਪ੍ਰਸਿੱਧ ਸੜਕਾਂ ਵਿੱਚੋਂ ਇੱਕ ਹੈ। ਇਸ ਮਾਰਗ 'ਤੇ ਸ਼ਹਿਰ ਦੀ ਵਸੀ ਨਵੀਂ ਆਬਾਦੀ ਦਾ ਇੱਕ ਵੱਡਾ ਹਿੱਸਾ ਨਿਵਾਸ ਕਰਦਾ ਹੈ। ਗੁਰੂ ਗੋਬਿੰਦ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗੁਰੂ ਅਰਜਨ ਦੇਵ ਨਗਰ, ਟੀਚਰਸ ਕਲੋਨੀ ਆਦਿ ਆਬਾਦੀ ਵਾਲੇ ਖੇਤਰ ਇਸ ਰੋਡ 'ਤੇ ਸਥਿਤ ਹਨ। ਇਹ ਸੜਕ ਮਾਨਸਾ ਖੁਰਦ ਹੁੰਦੀ ਹੋਈ ਪਟਿਆਲੇ ਨੂੰ ਜਾਣ ਵਾਲੇ ਰਸਤੇ ਨਾਲ ਜੁੜ ਜਾਂਦੀ ਹੈ। ਇਸ ਮਾਰਗ 'ਤੇ ਹੀ ਜ਼ਿਲ੍ਹਾ ਕਚਹਿਰੀਆਂ ਅਤੇ ਸ਼ਹਿਰ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਮੌਜੂਦ ਹਨ। ਇਸ ਜ਼ਿਲ੍ਹੇ ਦੇ ਮੁੱਖ ਸ਼ਹਿਰ ਮਾਨਸਾ, ਬੁਢਲਾਡਾ, ਭੀਖੀ, ਬਰੇਟਾ, ਸਰਦੂਲਗੜ੍ਹ, ਬੋਹਾ ਅਤੇ ਝੁਨੀਰ ਹਨ। ਜ਼ਿਲ੍ਹੇ ਵਿੱਚ ਕੁੱਲ 242 ਪਿੰਡ ਸ਼ਾਮਲ ਹਨ। ਜੇਕਰ ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮਾਨਸਾ ਪੰਜਾਬ ਦੀ ਕਪਾਹ ਪੱਟੀ ਵਿੱਚ ਸਥਿਤ ਹੈ। ਇਸ ਕਰਕੇ ਮਾਨਸਾ ਨੂੰ ਚਿੱਟੇ ਸੋਨੇ ਦੀ ਧਰਤੀ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਖੇਤੀਬਾੜੀ ਇਸ ਜ਼ਿਲ੍ਹੇ ਦੀ ਆਰਥਿਕਤਾ ਦਾ ਮੁੱਖ ਧੁਰਾ ਹੈ। ਇੱਥੋਂ ਦੇ ਲੋਕ ਪੰਜਾਬੀ ਬੋਲਦੇ ਨੇ ਅਤੇ ਪੰਜਾਬੀ ਮਾਲਵਾ ਪੱਟੀ ਦੇ ਸੱਭਿਆਚਾਰ ਵਿੱਚ ਰੰਗੇ ਹੋਏ ਹਨ। ਉਦਯੋਗ ਪੱਖੋਂ ਇਹ ਜ਼ਿਲ੍ਹਾ ਕਾਫੀ ਪਿੱਛੇ ਹੈ, ਪਰ ਕੁਝ ਉਦਯੋਗ ਹੁਣ ਇੱਥੇ ਵਿਕਸਿਤ ਹੋ ਰਹੇ ਹਨ। ਜੇਕਰ ਇਸ ਜ਼ਿਲ੍ਹੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਮਾਨਸਾ ਜ਼ਿਲ੍ਹਾ ਫੁਲਕੀਆਂ ਸਿੱਖ ਮਿਸ਼ਲ ਦਾ ਹਿੱਸਾ ਵੀ ਰਿਹਾ, ਫਿਰ ਇਹ ਕੈਂਥਲ ਸਿੱਖ ਸਾਮਰਾਜ ਦੇ ਹਿੱਸੇ ਵੀ ਆਇਆ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਦੀ ਸਥਾਪਨਾ ਭਾਈ ਗੁਰਦਾਸ ਜੀ ਨੇ ਕੀਤੀ ਸੀ, ਜੋ ਮਾਨਸਾ ਜ਼ਿਲ੍ਹੇ ਦੇ ਧਿੰਗੜ ਪਿੰਡ ਦੇ ਰਹਿਣ ਵਾਲੇ ਸੀ।
ਕਿਹਾ ਜਾਂਦਾ ਹੈ ਕਿ ਉਹਨਾਂ ਦਾ ਵਿਆਹ ਮਾਨਸਾ ਦੇ ਧਾਲੀਵਾਲ ਜੱਟ ਸਿੱਖਾਂ ਦੇ ਘਰ ਹੋਇਆ ਸੀ। ਇੱਕ ਵਾਰ ਉਹ ਆਪਣੀ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਆਏ ਹੋਏ ਸਨ, ਪਰ ਉਹਨਾਂ ਦੇ ਸਹੁਰਿਆਂ ਨੇ ਕੁੜੀ ਨੂੰ ਉਸ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ। ਤਾਂ ਉਸ ਸਮੇਂ ਭਾਈ ਗੁਰਦਾਸ ਆਪਣੇ ਸਹੁਰਿਆਂ ਦੇ ਘਰ ਕੋਲ ਧਿਆਨ ਲਾ ਕੇ ਬੈਠ ਗਏ। ਕੁਝ ਸਮੇਂ ਬਾਅਦ ਕੁੜੀ ਦੇ ਮਾਤਾ ਪਿਤਾ ਆਪਣੀ ਲੜਕੀ ਨੂੰ ਭਾਈ ਗੁਰਦਾਸ ਜੀ ਨਾਲ ਤੋਰਨ ਲਈ ਰਾਜ਼ੀ ਹੋ ਗਏ, ਪਰ ਭਾਈ ਗੁਰਦਾਸ ਜੀ ਨੇ ਆਪਣੇ ਸਹੁਰਿਆਂ ਨੂੰ ਇਨਕਾਰ ਕਰ ਦਿੱਤਾ ਅਤੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਹੁਣ ਉਹਨਾਂ ਨੇ ਸੰਸਾਰਕ ਜੀਵਨ ਦਾ ਤਿਆਗ ਕਰ ਦਿੱਤਾ ਹੈ। ਹੁਣ ਹਰ ਸਾਲ ਇੱਥੇ ਮਾਰਚ ਅਤੇ ਅਪ੍ਰੈਲ ਮਹੀਨੇ ਇੱਕ ਵੱਡੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇੱਕ ਹੋਰ ਇਤਿਹਾਸਕਾਰ ਅਨੁਸਾਰ ਮਾਨਸਾ ਸ਼ਹਿਰ 1888 ਈਸਵੀ ਦੇ ਕਰੀਬ ਹੋਂਦ ਵਿੱਚ ਆਇਆ ਸੀ। ਬਜ਼ੁਰਗਾਂ ਦੇ ਕਥਨ ਅਨੁਸਾਰ ਖਿਆਲਾ ਪਿੰਡ ਦੇ ਨਜ਼ਦੀਕ ਇੱਕ ਫਕੀਰ ਮਾਨਾ ਇੱਕ ਝੁੰਬੀ ਵਿੱਚ ਰਿਹਾ ਕਰਦਾ ਸੀ। ਖਿਆਲਾ ਪਿੰਡ ਦੇ ਵਾਸੀ ਉਸ ਦੀ ਸੇਵਾ ਕਰਦੇ ਸਨ। ਉਸ ਸਮੇਂ 3-4 ਘਰ ਮਾਨਸ਼ਾਹੀਆਂ ਦੇ ਵੀ ਇੱਥੇ ਆ ਵਸੇ ਅਤੇ ਇਸ ਦਾ ਨਾਂ ਉਸ ਫਕੀਰ ਦੇ ਨਾਂ 'ਤੇ ਮਾਨਸਾ ਪੈ ਗਿਆ, ਜਿਸ ਨੂੰ ਅੱਜ ਕੱਲ੍ਹ ਲੋਕ ਛੋਟੀ ਮਾਨਸਾ ਆਖਦੇ ਹਨ। ਜੇਕਰ ਇੱਥੋਂ ਦੇ ਪ੍ਰਸਿੱਧ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਆਉਂਦਾ ਹੈ, ਜਿਸ ਨੇ ਆਪਣੀ ਲਿਖਤ ਅਤੇ ਗਾਇਕੀ ਨਾਲ ਪੂਰੀ ਦੁਨੀਆ ਨੂੰ ਹਿਲਾ ਦਿੱਤਾ। ਇਸ ਤੋਂ ਇਲਾਵਾ ਅਜਮੇਰ ਸਿੰਘ ਔਲਖ ਪੰਜਾਬੀ ਲੇਖਕ, ਅਮਨ ਧਾਲੀਵਾਲ ਮਾਡਲ ਅਤੇ ਅਦਾਕਾਰ, ਦੀਪ ਢਿੱਲੋ ਗਾਇਕ ਅਤੇ ਅਦਾਕਾਰ, ਗੈਵੀ ਚਹਿਲ ਅਦਾਕਾਰ, ਕੁਲਵਿੰਦਰ ਬਿੱਲਾ ਗਾਇਕ ਅਤੇ ਅਦਾਕਾਰ, ਨਿਰਮਲ ਰਿਸ਼ੀ ਅਭਿਨੇਤਰੀ, ਸਵਰਨ ਸਿੰਘ ਭਾਰਤੀ ਓਲੰਪੀਅਨ ਅਰਜਨ ਅਵਾਰਡ ਜੇਤੂ, ਸ਼ਿਪਰਾ ਗੋਇਲ ਗਾਇਕਾ, ਭਾਰਤੀ ਰੋਵਰ ਏਸ਼ੀਅਨ ਖੇਡਾਂ 2018 ਦਾ ਸੋਨ ਤਗਮਾ ਜੇਤੂ ਸੁਖਮੀਤ ਸਿੰਘ, ਇਸ ਤੋਂ ਇਲਾਵਾ ਮਿੱਠੂ ਸਿੰਘ ਪ੍ਰਸਿੱਧ ਕਬਾੜੀਆ, ਜਿਸ ਨੇ ਆਰਮੀ ਦੇ ਵੱਡੇ ਵੱਡੇ ਜਹਾਜ਼ ਮਾਨਸਾ ਸ਼ਹਿਰ ਵਿੱਚ ਲਿਆ ਕੇ ਖੜ੍ਹੇ ਕਰ ਦਿੱਤੇ। ਮਾਨਸਾ ਜ਼ਿਲ੍ਹੇ ਦਾ ਪਿੰਨ ਕੋਡ 151505 ਹੈ। ਜੇਕਰ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਮਿਲਦੇ ਹਾਂ ਇੱਕ ਹੋਰ ਵੀਡੀਓ ਨੂੰ ਲੈ ਕੇ। ਧੰਨਵਾਦ।